साहब उन्होंने क्योंकि जो वो दौर सी उस तो तुर के अज तक आपां सारा ही पता है, संगतां भली भांत जानदियां ने किस ढंग दे नाल सिखां दी नसल कुशी होई, की कुछ होया। इसे ही संबंध दे विच जून 1984 जिसनों अकाल तख्त साहब के उत्ते उस हकूमत वालों किए हुए अटैक, सिखां दे छातियां दे विच मारियां हुईयां गोलियां, अकाल तख्त दा भामा ने उन्होंने अज दुबारा अपनी बाबत दे नाल खड़ा कर दिता है, पर साडा अंदर अज भी उस तरह ही टट्ठा होया है। उस दे संबंध दे विच टोरंटो दीआं समूह संगतां वल्लों पिछले 4 सालों तो आपां इस गुरुकाल विखे नगर कीर्तन आरंभ कीते सन। सो 8 जून नूं दिन ऐतवार नगर कीर्तन उन्हां समूह शहीदां दी याद दे विच होणगे। सो संगतां दे चरणां दे विच बेनती है, उहदे विच वी आपां हुम हुमा के पहुंचना है। 30 साल बीत गए, ਸਾਡੇ ਲਈ ਤਾਂ ਅੱਜ ਵੀ ਉਹ ਅੱਜ ਦੀ ਹੀ ਗੱਲ ਹੈ। ਸੋ ਉਹਨਾਂ ਸ਼ਹੀਦਾਂ ਅੱਗੇ ਹਮੇਸ਼ਾ ਹੀ ਸਾਡਾ ਸਿਰ ਝੁਕਦਾ ਰਹੇਗਾ, ਕਿਉਂਕਿ ਭਾਈ ਸਾਹਿਬ ਹੁਣਾਂ ਨੇ ਹੁਣ ਮੌਂਟਰੀਅਲ ਨੂੰ ਅੱਜ ਜਾਣਾ ਹੈ। ਇਸ ਕਰਕੇ ਥੋੜ੍ਹਾ ਸਮਾਂ ਆਪਾਂ ਅਲੀ ਦਾ ਰੱਖਿਆ, ਕਿਉਂਕਿ ਕੱਲ੍ਹ ਨੂੰ ਮੌਂਟਰੀਅਲ ਦੇ ਵਿੱਚ ਨਗਰ ਕੀਰਤਨ ਹੈ, ਉੱਥੇ ਇਹਨਾਂ ਨੇ ਹਾਜ਼ਰੀ ਲਵਾਉਣੀ ਹੈ। ਸੋ ਫਿਰ ਅਸੀਂ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕਰਕੇ ਇਹਨਾਂ ਨੂੰ ਇੱਥੇ ਸੱਦਿਆ, ਕਿਉਂਕਿ ਇਹ ਸਾਡਾ ਫਰਜ਼ ਬਣਦਾ ਹੈ। ਜਿਸ ਤਰ੍ਹਾਂ ਸਾਡਾ ਛੋਟਾ ਵੀਰ ਦੱਸ ਕੇ ਗਿਆ ਹੈ ਕਿ ਉਹ ਸ਼ਹੀਦ ਪਰਿਵਾਰਾਂ ਨੂੰ ਵਿਵਾਸਤ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਹੈ ਸਾਡਾ ਫਰਜ਼ ਬਣਦਾ ਸੀ, ਉਹਨਾਂ ਦੀ ਜਿੰਨੀ ਵੀ ਸਾਰ ਲੈ ਸਕੀਏ ਲੈਣੀ ਚਾਹੀਦੀ ਹੈ। ਸੋ ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਹੁਣਾਂ ਨੂੰ, ਜਸਵਿੰਦਰ ਸਿੰਘ ਸਤਿਗੁਰਾਂ ਦੇ ਹਜ਼ੂਰ ਆਣ ਕੇ ਜੋ ਸਤਿਗੁਰਾਂ ਦੀ ਬਖਸ਼ੀ ਸਰੋਪਾ ਹੈ, ਕਿਉਂਕਿ ਸਰੋਪਾ ਤਾਂ ਸਤਿਗੁਰਾਂ ਨੇ ਇਹੋ ਜਿਹੇ ਪਰਿਵਾਰਾਂ ਲਈ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਉਹਨਾਂ ਦੇ ਲਈ ਬਖਸ਼ਿਸ਼ ਬਣਾਈ ਸੀ। ਭਾਵੇਂ ਅੱਜ ਕੱਲ੍ਹ ਦੇ ਲੀਡਰਾਂ ਨੇ ਇਹਨੂੰ 1.5 ਮੀਟਰ ਜਾਂ 3 ਮੀਟਰ ਦਾ ਕੱਪੜਾ ਸਮਝ ਕੇ ਹਰ ਇੱਕ ਜਿਹੜਾ ਵੀ ਕੋਈ ਚੋਰ ਚੱਕਾ ਆਉਂਦਾ ਉਸਦੇ ਗਲ ਦੇ ਵਿੱਚ ਪਾਈ ਜਾਂਦੇ ਹਨ, ਪਰ ਇਹ ਪਰਿਵਾਰ ਇਹ ਸਰੋਪੇ ਦੇ ਹੱਕਦਾਰ ਨੇ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਉਹਨਾਂ ਨੂੰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਣ ਕੇ ਸਤਿਗੁਰਾਂ ਦੀ ਬਖਸ਼ੀ ਸਰੋਪਾਓ। ਗੁਰੂ ਘਰ ਦੇ ਮੁੱਖ ਸੇਵਾਦਾਰ ਅਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਤਿਗੁਰਾਂ ਦੀ ਬਖਸ਼ੀ ਜੋ ਸਰੋਪਾਓ ਭਾਈ ਸਾਹਿਬ ਉਹਨਾਂ ਨੂੰ ਦਿੱਤਾ ਜਾਵੇ। ਸੋ ਸਾਰੀਆਂ ਸੰਗਤਾਂ